ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਇੱਕ ਵਾਰ ਨਿੱਘਾ ਸਵਾਗਤ ਹੈ। ਨਿੱਕੀ ਜੀ ਆ, ਤੁਸੀਂ ਦੇਖ ਰਹੇ ਹੋ ਫੇਸ ਟੂ ਫੇਸ, ਔਰ ਮੇਰੇ ਨਾਲ ਨੇ ਜੀ ਮਨਨ ਗੁਪਤਾ ਹੁਣੀ। ਵਾਂਸ ਅਗੇਨ ਗੁਪਤਾ ਜੀ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਦੀਪਕ ਜੀ, ਔਰ ਫੇਸ ਟੂ ਫੇਸ ਵਿਦ ਦੀਪਕ ਐਂਡ ਮਨਨ ਲਾਈਵ ਸ਼ੋਅ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਤੁਹਾਡੇ ਕਾਫੀ ਕਮੈਂਟ ਸਾਨੂੰ ਟੈਕਸਟ ਮੈਸੇਜ ਦੇ ਤੌਰ ਤੇ ਵੀ ਆ ਰਹੇ ਨੇ, ਤੁਸੀਂ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਬਹੁਤ ਬਹੁਤ ਧੰਨਵਾਦ। ਔਰ ਜਿਹੜੀ ਇਹ ਅਸੀਂ ਇੱਕ ਨਵਾਂ ਸਿਸਟਮ ਜਿਹੜਾ ਸਟਾਰਟ ਕੀਤਾ ਜੀ, ਤੁਹਾਨੂੰ ਸਟ੍ਰੀਮਿੰਗ ਕਿੱਦਾਂ ਦੀ ਲੱਗਦੀ ਆ, ਤੁਸੀਂ ਜ਼ਰੂਰ ਜਿਹੜੇ ਜੀ ਆਪਣੇ ਫੀਡਬੈਕ ਪੇਜ ਦੇ ਉੱਤੇ ਦੇ ਦਿਓ, ਭਾਵੇਂ ਥੱਲੇ ਕਰਕੇ ਜਾਂ ਇਨਬਾਕਸ ਦੇਣਾ ਤੇ ਇਨਬਾਕਸ ਦੇ ਦਿਓ। ਅਤੇ ਹੁਣ ਅਸੀਂ ਤੁਹਾਡੀ ਇੰਟਰੋਡਕਸ਼ਨ ਜਿਹੜੀ ਹੈ ਜੀ ਉਹ ਕਰਵਾਉਣ ਜਾ ਰਿਹਾ ਜੀ ਰਾਣਾ ਗੁਰਜੀਤ ਸਿੰਘ ਹੁਣਾਂ ਦੇ ਨਾਲ, ਜਿਹੜੇ ਮੇਨ ਸਿਪਾ ਸਲਾ ਰਹੇ ਜੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ, ਔਰ ਜਿਹੜੇ ਕਿ ਕੋਆਰਡੀਨੇਟਰ ਨੇ ਜੀ ਨੌਰਥ ਅਮੈਰੀਕਾ ਦੀ ਪੂਰੀ ਫੇਰੀ ਜਿਹੜੀ ਹੈ ਜੀ ਉਹਦੀ, ਟੇਕ ਕੇਅਰ, ਉਹ ਕਿੱਥੇ ਕਿੱਥੇ ਉਹਨਾਂ ਨੇ ਜਾਣਾ, ਕਿਵੇਂ ਕਿਵੇਂ, ਸਾਰੇ ਦਾ ਸਾਰਾ ਸਕੈਜੂਲਿੰਗ ਆ ਉਹ ਰਾਣਾ ਜੀ ਕਰ ਰਹੇ ਨੇ। ਤੁਸੀਂ ਇੱਕ ਵਾਰ ਜੀ ਇਹਨਾਂ ਦਾ ਵੈਲਕਮ ਕਰੋ ਜੀ। ਬਿਲਕੁਲ ਜੀ, ਔਰ MLA ਨੇ ਕਪੂਰਥਲਾ, ਰਿਆਸਤੀ ਸ਼ਹਿਰ ਕਪੂਰਥਲਾ ਦੇ, ਔਰ ਯੂਨੋ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਰਾਣਾ ਜੀ ਬਹੁਤ ਬਹੁਤ ਨਿੱਘਾ ਸਵਾਗਤ ਸਾਡਾ। ਮੈਂ ਉੱਥੇ ਜੰਮਿਆ ਪਲਿਆ, ਸਾਰਾ ਪਰਿਵਾਰ ਉੱਥੇ ਹੈ, ਸੋ ਤੁਹਾਡਾ ਨਿੱਘਾ ਸਵਾਗਤ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ। ਥੈਂਕ ਯੂ। ਔਰ ਰਾਣਾ ਜੀ, ਪਹਿਲਾਂ ਤਾਂ ਇਹ ਦੱਸੋ ਵੀ ਕਿਵੇਂ, ਪਹਿਲਾਂ ਤਾਂ ਦੱਸੋ ਕਿ ਜਿਹੜੀ ਰੈਲੀ ਕੈਂਸਲ ਹੋਈ ਆ ਉਹਨੂੰ ਤੁਸੀਂ ਕਿੱਦਾਂ ਲੈਂਦੇ ਹੋ, ਤੁਸੀਂ ਉਹ ਪੋਜ਼ਿਟਿਵ ਤਰੀਕੇ ਨਾਲ ਲੈ ਰਹੇ ਹੋ ਜਾਂ ਤੁਹਾਨੂੰ ਥੋੜ੍ਹਾ ਜਿਹਾ ਮਲਾਲ ਹੈ ਤੁਹਾਡੇ ਦਿਲ ਦੇ ਵਿੱਚ ਕਿ ਕੈਂਸਲ ਨਹੀਂ ਸੀ ਹੋਣੀ ਚਾਹੀਦੀ? ਦੇਖੋ, ਦਿਲ ਤਾਂ ਮੇਰਾ ਕਹਿੰਦਾ ਕੈਂਸਲ ਨਹੀਂ ਹੋਣੀ ਚਾਹੀਦੀ ਸੀ, ਲੇਕਿਨ ਜੇ ਮੁਲਕ ਦਾ ਕਾਨੂੰਨ ਆ ਔਰ ਇਹਨਾਂ ਨੂੰ ਕੈਨੇਡੀਅਨ ਗੌਰਮੈਂਟ ਮਹਿਸੂਸ ਕਰਦੀ ਹੈ ਕਿ ਨਹੀਂ ਹੋਣਾ ਚਾਹੀਦਾ, ਸੋ ਵੀ ਆਰ ਲਾਅ ਅਬਾਈਡਿੰਗ ਸਿਟੀਜ਼ਨਸ, ਕੋਈ ਨਹੀਂ, ਅਸੀਂ ਇਹਨੂੰ ਬੜੀ ਇਹਨੂੰ ਸਮਝਦਾ ਜੋ ਹੋਇਆ ਠੀਕ ਹੋਇਆ, ਲੇਕਿਨ ਲੋਕਾਂ 'ਚ ਬੜਾ ਉਤਸ਼ਾਹ ਸੀ, ਲੋਕਾਂ ਦੀ ਤਿਆਰੀ ਬਹੁਤ ਸੀ, ਔਰ ਇੰਜ ਜਾਪਦਾ ਸੀਗਾ ਕਿ ਵੀ ਵੀ ਵਿਲ ਨੋਟ ਬੀ, ਜਿੱਡੀ ਜਗ੍ਹਾ ਸੀ ਨਾ ਉਹ ਪੂਰੀ ਨਹੀਂ ਪੈਣੀ ਸੀ, ਏਡਾ ਵੱਡਾ ਇਕੱਠ ਹੋਣਾ ਸੀ, ਲੇਕਿਨ ਕੋਈ ਗੱਲ ਨਹੀਂ, ਜੋ ਰੱਬ ਕਰਦਾ ਚੰਗਾ ਕਰਦਾ। ਅਤੇ ਉਹਨੂੰ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦਾ ਲੋਕਾਂ ਦੇ ਮਨ 'ਚ ਬੜਾ ਉਤਸ਼ਾਹ ਸੀ, ਲੋਕ ਮਿਲਣਾ ਚਾਹੁੰਦੇ ਸੀ, ਉਹਨਾਂ ਦੀਆਂ ਗੱਲਾਂ ਸੁਣਨਾ ਚਾਹੁੰਦੇ ਸੀਗੇ, ਲੇਕਿਨ ਜੇ ਹੁਣ ਕੈਨੇਡੀਅਨ ਗੌਰਮੈਂਟ ਕੋਈ ਡਾਇਰੈਕਸ਼ਨ ਦੇਵੇ ਜਾਂ ਕਾਨੂੰਨ ਤਹਿਤ ਉਹ ਇਸ ਨੂੰ ਰੱਦ ਕਰਨ, ਤਾਂ ਮੈਂ ਇਸ ਗੱਲ ਦਾ ਸਵਾਗਤ ਹੀ ਕਰਦਾ, ਕੋਈ ਇਹੋ ਜਿਹੀ ਗੱਲ ਨਹੀਂ। ਲੋਕਾਂ ਦੇ ਮਨ 'ਚ ਬਲਕਿ ਉਹਦੇ ਨਾਲ ਵੱਧ ਪਿਆਰ ਅਤੇ ਉਤਸ਼ਾਹ ਜਾਗਿਆ, ਅਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਡਿਫਰੈਂਟ ਲੋਕੇਸ਼ਨਸ ਦੇ ਉੱਤੇ ਛੋਟੀਆਂ ਛੋਟੀਆਂ ਗੈਦਰਿੰਗਸ ਕਰਾਂਗੇ, ਔਰ ਬਹੁਤ ਉਤਸ਼ਾਹ ਆ। ਔਰ ਅੱਜ ਸਮਝ ਨਹੀਂ ਆ ਰਹੀ, ਮੈਂ ਇੱਕ ਕਰੈਕਟ ਕਰਨਾ ਚਾਹੂੰਗਾ, ਪੂਰੇ ਨੌਰਥ ਅਮੈਰੀਕਾ ਦਾ ਮੈਂ ਕੋਆਰਡੀਨੇਟਰ ਨਹੀਂ ਹਾਂ, ਜਿਵੇਂ ਨਿਊਯਾਰਕ ਦੇ ਵਿੱਚ ਸਾਡੇ ਹੋਰ ਬੰਦੇ ਨੇ, ਮੈਂ ਆਈ ਐਮ ਫੋਰ ਕੈਨੇਡਾ, ਕੈਨੇਡਾ ਦੀ ਮੇਰੀ ਜ਼ਿੰਮੇਵਾਰੀ ਆ, ਬਾਕੀ ਹਰ ਜਗ੍ਹਾ ਦੀ ਡਿਫਰੈਂਟ ਡਿਫਰੈਂਟ MLAs ਦੀ ਡਿਊਟੀ ਲੱਗੀ ਆ, ਕੋਸ਼ਿਸ਼ ਕੀਤੀ ਹੈ ਕਿ ਆਪਣੀ ਡਿਊਟੀ ਨੂੰ ਬਾਖੂਬ ਨਿਭਾਵਾਂ। ਔਰ ਸਾਡੇ ਕੈਨੇਡਾ ਦੇ ਵਿੱਚ ਇੱਕ ਕੋਰ ਟੀਮ ਹੈ, ਮੈਂ ਨੌਵਾਂ ਦੇ ਚੱਕਰ 'ਚ ਨਹੀਂ ਪੈਂਦਾ, ਜੀ 10-12 ਬੰਦੇ ਜਿਨ੍ਹਾਂ ਨੇ ਪਿਛਲੇ 1.5 ਮਹੀਨੇ ਤੋਂ ਬੜੀ ਮਿਹਨਤ ਕੀਤੀ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਔਰ ਤੁਹਾਡਾ ਖਾਸ ਤੌਰ 'ਤੇ ਪੰਜ ਆਬ ਟੀਵੀ ਤੁਹਾਡਾ ਬੜਾ ਵੱਡਾ ਨੈਟਵਰਕ ਹੈ, ਲੋਕ ਬੜੀ ਤਾਰੀਫ ਕਰਦੇ ਤੁਹਾਡੇ ਚੈਨਲ ਦੀ, ਤੁਹਾਡਾ ਵੀ ਧੰਨਵਾਦ। ਔਰ ਤੁਸੀਂ ਇਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਜਿਹੜੀ ਫੇਰੀ ਹੈ ਉਹ ਸ਼ਾਇਦ ਹਰ ਬੰਦੇ 'ਤੇ ਕੋਈ ਵੀ ਬੰਦਾ ਨਹੀਂ ਪਹੁੰਚ ਸਕਦਾ, ਲੇਕਿਨ ਟੀਵੀ ਔਰ ਮੀਡੀਆ ਦੇ ਥਰੂ ਬੰਦਾ ਆਪਣਾ ਮੈਸੇਜ ਪਾਸ ਔਨ ਕਰਦਾ। ਮੈਨੂੰ ਪੂਰਾ ਭਰੋਸਾ ਕਿ ਜਿਵੇਂ ਤੁਸੀਂ ਅਕਰੋਸ ਪਾਰਟੀ ਲਾਈਨਸ ਜਿਹੜਾ ਵੀ ਲੀਡਰ ਆਉਂਦਾ, ਤੁਸੀਂ ਉਹਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਂਦੇ ਹੋ, ਤੁਹਾਡਾ ਮੈਂ ਧੰਨਵਾਦ ਕਰਨਾ ਚਾਹੁੰਦਾ। ਔਰ ਰਹੀ ਗੱਲ ਸਾਡੇ ਫੰਕਸ਼ਨ ਦੀ, ਮੈਨੂੰ ਪੂਰਾ ਭਰੋਸਾ, ਔਰ ਜੋ ਮੈਂ ਦੇਖ ਰਿਹਾ, ਜਿਵੇਂ ਮੈਨੂੰ ਟੈਲੀਫੋਨ ਆ ਰਿਹਾ, ਲੋਕ ਸੰਪਰਕ ਕਰ ਰਹੇ ਆ, ਲੋਕ ਚਾਹੁੰਦੇ ਆ ਕਿ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ, ਉਹ ਪੰਜਾਬ ਕਿਹੋ ਜਿਹਾ ਚਾਹੁੰਦੇ ਆ, ਆਪਣਾ ਸੁਨੇਹਾ NRIs ਪ੍ਰਤੀ, ਆਪਣੇ ਨਿੱਜੀ ਗੱਲਾਂ, ਔਰ ਕਈਆਂ ਬੰਦਿਆਂ ਨੂੰ ਕੋਈ ਕੰਮ ਨਹੀਂ, ਕੋਈ ਸੁਜੈਸ਼ਨ ਨਹੀਂ, ਲੇਕਿਨ ਉਹਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸੀਅਤ ਹੈ ਜਿਹਨੂੰ ਮਿਲਣਾ ਹਰ ਇਨਸਾਨ ਚਾਹੁੰਦਾ, ਅਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਗ੍ਹਾ 'ਤੇ ਲੈ ਕੇ ਜਾ ਸਕੇ। ਰਾਣਾ ਜੀ, ਪਿਛਲੀ ਵਾਰ ਇੱਥੇ ਅਕਾਲੀ ਸਰਕਾਰ ਦੇ ਕੁਛ ਜਿਹੜੇ ਆ ਜੀ ਕਾਰਕੁਨ, ਵੱਡੇ ਵੱਡੇ ਨਾਵਾਂ ਵਾਲੇ ਜਿਹੜੇ ਜੀ MLA ਸਾਹਿਬਾਨ ਔਰ ਮੰਤਰੀ ਸਾਹਿਬ ਆਏ ਸੀਗੇ, ਔਰ ਉਹ ਕੋਈ ਐਡਾ ਵਧੀਆ ਪੋਜ਼ਿਟਿਵ ਤਰੀਕੇ ਦੇ ਨਾਲ ਇੱਥੋਂ ਨਹੀਂ ਗਏ, ਅਤੇ ਇੰਨਾ ਕੁਛ ਹੋਣ ਦੇ ਬਾਵਜੂਦ ਤੁਸੀਂ ਬੀਇੰਗ ਏ ਕਾਂਗਰਸਮੈਨ ਬੜਾ ਵੱਡਾ ਦਿਲ ਕੱਢਿਆ ਵੈਸੇ ਇੱਥੇ ਆਉਣ ਦਾ। ਦੇਖੋ, ਗੱਲ ਆ, ਮੈਂ ਮਹਿਸੂਸ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਹਰਮਨ ਪਿਆਰੇ ਆ ਪੰਜਾਬੀਆਂ ਦੇ, ਜਿੱਥੇ ਜਿੱਥੇ ਵੀ ਦੁਨੀਆਂ ਦੇ ਵਿੱਚ ਜਾਂ ਸਾਡੇ ਮੁਲਕ 'ਚ ਪੰਜਾਬੀ ਬੈਠੇ ਆ, ਕਿਤੇ ਚਲ ਜਾਣ ਉਹਨਾਂ ਨੂੰ ਸਤਿਕਾਰ ਮਿਲਦਾ, ਉਹਨਾਂ ਦੇ ਕੀਤੇ, ਉਹਨਾਂ ਦੇ ਪਿਤਾ ਪੁਰਖਾਂ ਦੇ ਕੀਤੇ ਕੰਮਾਂ ਨੂੰ, ਪਾਰਟੀਸ਼ਨ ਤੋਂ ਲੈ ਲਓ, ਜਿੱਡਾ ਵੱਡਾ ਰੋਲ ਪੰਜਾਬੀਆਂ ਨੂੰ ਸੈਟਲ ਕਰਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੇ ਪਿਤਾ ਜੀ ਦਾ ਸੀ, ਉਹਨਾਂ ਦੇ ਪਰਿਵਾਰ ਦਾ ਸੀਗਾ,
अपने आप मिसाल सी। उसके बाद जदों जदों कैप्टन अमरिंदर सिंह जी ने मौका मिलया उन्होंने अपने सूबे की गल की और मैं वड्डी गल नहीं करता, देखो मैंबर पार्लीमेंट लोगों ने चुन के भेजा नवी सीट तो जेतली साहब बहुत वड्डे एक बीजेपी शख्सियत ने उन्होंने उन्हों तो जित के गए। उसके बावजूद साढ़े पार्टी चाहती सी कैप्टन अमरिंदर सिंह जी दिल्ली दे विच टाइम देन, लेकिन उन्होंने कहा मैं इतने टाइम दे सकता तुम मैं मैंबर पार्लीमेंट बना दिता लेकिन दिल मेरा पंजाब च है और उन्होंने दिल पंजाब च है और जदों जदों मौका मिलया उन्होंने वो कम पंजाब लिए किए आ। पिछले केवल 5 साल राज करने का मौका मिला कैप्टन अमरिंदर सिंह, लेकिन वो 5 साल छाप छड़ गए आ। किसान की गल कर लो तो किसानी लिए जो किया चाहे वह प्रोक्योरमेंट सी चाहे कॉटन मालवे दे विच किसान करजाई सी जिवें अज फिर होया अज कॉटन फेर नहीं हो रही जी। फेल हो चुकी है क्रॉप, वाइट फ्लाई स्कैम्स ये वो बड़िया गल्ला, मैं इना किसी की निंदा नहीं करनी चाहता जी, जी, जी। लेकिन मैं कहना चाहता कि कैप्टन अमरिंदर सिंह एक अच्छी सोच दे अगा वधू सोच दे इंसान ने जिन्होंने किसानों बारे भी सोचा मुलाजमान मुलाजम मेरे ख्याल सारे वड्डे फैन है कैप्टन अमरिंदर सिंह के किसी भी डिपार्टमेंट के होने क्योंकि गवर्नेंस करनी कैप्टन अमरिंदर सिंह आती है और जे पुलिस है जिनी वैल बिहेव्ड पुलिस कैप्टन अमरिंदर सिंह के वेले से तो अज तुम वेख लो अब लोगों का धक्का किमें हो रहा। उतें हल्का इंचार्ज थाने चला थाने के एस एच ओ ला तो असं लोगों इंसाफ की दे सकते कैप्टन अमरिंदर सिंह चाहे आम बंदे की सुनवाई की गल सी चाहे उन्होंने आपदे एम एल ए से आपदे एम एल ए धक्काशाही लोगों ने नहीं कर सकते सके लोग गल करते लोग मिसाल देंगे और इस तरह गरीब जनता और डिवेलपमेंट की गल कर लो जो डिवेलपमेंट उन्होंने 5 साल हुई है वो अपने आप एक मिसाल है लोग गल करते अज भी गल करते मैं केवल 5 साल का राज 2-2.5 साल मैं एम एल ए रहा फिर मैं एम पी रहा तो उस दौरान जो असी कर दिता गुप्ता जी 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 ਤੁਸੀਂ ਤੇ ਕਪੂਰਥਲੇ ਦੇ ਹੋ ਬਿਲਕੁਲ ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ ਉਹ ਸੋਚ ਰਿਹਾ ਕਿ ਇਹਨਾਂ ਨੂੰ ਰੋਕਾਂਗੇ ਤੇ ਟੋਕਾਂਗੇ ਮੈਂ ਤੁਹਾਡੀ ਗੱਡੀ ਇੰਨੀ ਸੁਪਰ ਫਾਸਟ ਚੱਲ ਰਹੀ ਹੈ ਨਹੀਂ ਨਹੀਂ ਮੈਂ ਵੀ ਸੋਚ ਰਿਹਾ ਸੀ ਮੈਂ ਕਿਹਾ ਜੀ ਇਹਨਾਂ ਨੇ ਮੈਨੂੰ ਟੋਕਿਆ ਨਹੀਂ ਥੈਂਕ ਯੂ ਵੈਰੀ ਮੱਚ ਦੇਖੋ ਆਪਣੇ ਪਿੰਡਾਂ ਦਾ ਕੋਈ ਬੰਦਾ ਹੋਵੇ ਬੰਦਾ ਨਹੀਂ ਸਾਡਾ ਤਾਂ ਜੀ ਦਿਲ ਵੀ ਦੁਗਣਾ ਹੋਇਆ ਤੁਸੀਂ ਕਪੂਰਥਲੇ ਉਦੋਂ ਦਾ ਪਤਾ ਕਰ ਲਓ ਤੇ ਅੱਜ ਦਾ ਪਤਾ ਕਰ ਲਓ ਨਹੀਂ ਡੈਫੀਨੇਟਲੀ ਦੇਖੋ ਇਹਦੇ ਵਿੱਚ ਦੇਖੋ ਮੈਂ ਸਿਆਸਤ ਚ ਆਇਆ ਜੀ ਜੀ ਸਿਆਸਤ ਆ ਕੇ ਮੈਂ ਇੱਕ ਚਿੱਟਾ ਕੁੜਤਾ ਪਜਾਮਾ ਪਾਇਆ ਸੀ ਚਲੋ ਅੱਜ ਮੈਂ ਤੁਹਾਡੇ ਵਾਲੀ ਵੈਸਟਰਨ ਡਰੈਸ 'ਚ ਹਾਂ ਠੀਕ ਹੈ ਇਹ ਤਾਂ ਕੰਪਲੀਮੈਂਟ ਬਣਦਾ ਰਾਣਾ ਜੀ ਕਿ ਵਾਕਈ ਤੁਸੀਂ ਜਦੋਂ ਕਲਰਫੁੱਲ ਬੰਦਾ ਜਦੋਂ ਬਣ ਕੇ ਆਉਂਦਾ ਨਾ ਇਹਦਾ ਮਤਲਬ ਕਿ ਉਹਦਾ ਦਿਲ ਖੁਸ਼ ਆ ਬੇਸਿਕਲੀ ਨਹੀਂ ਦਿਲ ਤਾਂ ਰਾਣਾ ਸਾਹਿਬ ਦਾ ਹਮੇਸ਼ਾ ਹੀ ਖੁਸ਼ ਰਹਿੰਦਾ ਆ ਬੜੇ ਸੋਸ਼ਲੀ ਕਨੈਕਟਡ ਨੇ ਔਰ ਜਿੱਥੇ ਵੀ ਇਹ ਜਾਂਦੇ ਨੇ ਲੋਕਾਂ ਨੂੰ ਆਪਣਾ ਬਣਾ ਲੈਂਦੇ ਨੇ ਕਪੂਰਥਲੇ ਵਿੱਚ ਜਦੋਂ ਇਹਨਾਂ ਦੀ ਆਮਦ ਹੋਈ ਪਹਿਲੀ ਇਲੈਕਸ਼ਨ ਲੜੀ ਮੈਨੂੰ ਯਾਦ ਹੈ ਇਹਨੂੰ ਅੱਜ ਤੋਂ 15 ਸਾਲ ਪਹਿਲਾਂ ਦਾ ਜਿਹੜਾ ਇਹਨੂੰ ਸਫਲ ਹੈ ਇਹਨਾਂ ਦੀ ਕੈਂਪੇਨ ਦੀਪਕ ਜੀ ਕਿਉਂਕਿ ਮੈਂ ਉਸ ਸ਼ਹਿਰ ਦਾ ਰਹਿਣ ਵਾਲਾ ਬੜੀ ਪੁਰਾਣੀ ਫੈਮਿਲੀ ਹੈ ਸਾਡੀ ਜਨਰੇਸ਼ਨ ਤੋਂ ਰਹਿ ਰਹੀ ਹੈ ਇਹਨਾਂ ਦਾ ਕੈਂਪੇਨ ਮਸ਼ਹੂਰ ਸੀਗਾ ਮਾਈਕਰੋ ਮੈਨੇਜ ਇਹਨਾਂ ਦਾ ਇੱਕ ਇੱਕ ਵੋਟਰ ਦਾ ਯੂ ਨੋ ਕਨੈਕਸ਼ਨ ਕਿੱਥੇ ਹੈ ਕਿਹੜਾ ਭਰਾ ਕਿਹੜਾ ਭੈਣ ਉਹਦੇ ਕਿੱਥੇ ਰਹਿੰਦੀ ਹੈ ਵਿਦੇਸ਼ਾਂ ਵਿੱਚ ਉੱਥੇ ਲੋਕਲ ਇਹਨਾਂ ਦਾ ਕੈਂਪੇਨ ਬਹੁਤ ਹੀ ਕੰਪਿਊਟਰਾਈਜ਼ਡ ਔਰ ਮਾਈਕਰੋ ਮੈਨੇਜ ਸੀਗਾ ਸੋ ਯੂ ਨੋ ਬਹੁਤ ਕਾਬਲੇ ਤਾਰੀਫ ਤੁਹਾਡਾ ਕੈਂਪੇਨ ਔਰ ਤੁਹਾਡੀ ਲੀਡਰਸ਼ਿਪ ਨੂੰ ਤੁਸੀਂ ਉਸ ਤੋਂ ਬਾਅਦ ਜਿਹੜੀ ਸੀਟ ਹੈ ਕਪੂਰਥਲੇ ਵਾਲੀ ਉਹ ਆਪਣੇ ਪਰਿਵਾਰ ਤੋਂ ਬਾਹਰ ਜਾਣ ਨਹੀਂ ਦਿੱਤੀ ਚਾਹੇ ਤੁਸੀਂ ਐਮ ਪੀ ਬਣ ਗਏ ਤੁਹਾਡੇ ਪਰਿਵਾਰ 'ਚ ਤੁਹਾਡੇ ਯੂ ਨੋ ਸਿਸਟਰ ਇਨ ਲਾਅ ਫਿਰ ਤੁਹਾਡੇ ਵਾਈਫ ਉਹਨਾਂ ਨੇ ਰਿਪ੍ਰੈਜੈਂਟ ਕੀਤਾ ਲੇਕਿਨ ਚੱਕਰ ਆਇਆ ਕਿ ਤੁਸੀਂ ਹਲਕਾ ਇੰਚਾਰਜ ਦੀ ਗੱਲ ਕੀਤੀ ਜਿਹੜਾ ਹਲਕਾ ਇੰਚਾਰਜ ਦਾ ਜਿਹੜਾ ਟਰੈਂਡ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਗਈ ਨਾ ਉਹ ਮੈਂ ਸਮਝਦਾ ਉਹਨੇ ਸਾਰੀਆਂ ਕੰਸਟੀਚੁਐਂਸੀਜ਼ ਨੂੰ ਇਲਾਕਿਆਂ ਨੂੰ ਇਹਨੂੰ ਨੀਚੇ ਲੈ ਕੇ ਗਿਆ ਡਾਊਨਫਾਲ ਦਾ ਕਾਰਨ ਹੈ ਕਿਉਂਕਿ ਜਿਹੜਾ ਪਬਲਿਕਲੀ ਇਲੈਕਟਿਡ ਰਿਪ੍ਰੈਜੈਂਟੇਟਿਵ ਹੈ ਉਹਦੀ ਕੋਈ ਸੁਣਵਾਈ ਨਹੀਂ ਹੈ ਸੁਣਵਾਈ ਉਹ ਯੂ ਨੋ ਸੈਕਿੰਡ ਇਨ ਕਮਾਂਡ ਜਿਹੜਾ ਵੇਟਿੰਗ ਹੈ ਹਲਕਾ ਇੰਚਾਰਜ ਉਹਦੀ ਸੁਣਵਾਈ ਹੈ ਹੁਣ ਗੱਲ ਇਹ ਆ ਕਿ ਵੀ ਗੱਲ ਸਾਡੀ ਸੁਣਵਾਈ ਦੀ ਨਹੀਂ ਇਲੈਕਟਿਡ ਮੈਂਬਰ ਦੀ ਜੀ ਲੇਕਿਨ ਜਦੋਂ ਜਨਤਾ ਤੰਗ ਹੁੰਦੀ ਹੈ ਨਾ ਜੀ 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 ਇਹਦੇ ਨਾਲ ਮਾੜੀ ਗੱਲ ਨਹੀਂ ਹੋ ਸਕਦੀ ਔਰ ਆ ਪਿੱਛੇ ਇੱਕ ਮਰਡਰ ਹੋਇਆ ਮੈਂ ਬਿਲਕੁਲ ਉਹ ਮੈਂ ਗੱਲ ਤੁਹਾਡੇ ਕਰਨੀ ਸੀਗੀ ਕਿ ਲੇਕਿਨ ਗੱਲ ਹੈ ਵੀ ਜੇ ਕੰਪੀਟੈਂਟ ਬੰਦੇ ਐਸ ਐਚ ਓ ਲੱਗਣਗੇ ਤੇ ਲੋ ਐਂਡ ਆਰਡਰ ਸੁਧਰੇਗਾ ਇੰਨੀ ਪੁਲਿਸ ਹੈ ਰੈੱਡ ਅਲਰਟ ਹੈ ਸਾਰਾ ਪੰਜਾਬ ਬਿਕੋਜ਼ ਆਫ 2 ਇੰਸੀਡੈਂਟਸ ਜੀ ਇੱਕ ਗੁਰਦਾਸਪੁਰ ਦੇ ਵਿੱਚ ਸਾਡੇ ਅੱਤਵਾਦੀਆਂ ਦਾ ਹਮਲਾ ਹੋਇਆ ਜੀ ਜੀ ਇਸੇ ਤਰ੍ਹਾਂ ਪਠਾਨਕੋਟ 'ਚ ਹੋਇਆ ਜੀ ਜੀ ਉਹਦੇ ਬਾਅਦ ਪੁਲਿਸ ਨੇ ਮਤਲਬ ਰੈੱਡ ਅਲਰਟ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਵਾਰਦਾਤ ਨਹੀਂ ਹੋਣੀ ਚਾਹੀਦੀ ਪੁਲਿਸ ਤੈਨਾਤ ਆ ਲੇਕਿਨ ਮੈਂ ਸਮਝਦਾ ਹਾਂ ਕਿ ਕਈ ਦਫ਼ਾ ਅਫਸਰ ਸਾਡਾ ਐਸ ਐਸ ਪੀ ਇਜ਼ ਏ ਕੰਪੀਟੈਂਟ ਮੈਨ ਬਟ ਕਈ ਐਸ ਐਸ ਪੀ ਕੀ ਕਰੇਗਾ ਪਰ ਐਸ ਐਚ ਓ ਤੋਂ ਗੱਲ ਹੈ ਕਿ ਐਸ ਪੀ ਸਾਹਿਬ ਤੇ ਉੱਥੇ ਕਹਿ ਰਹੇ ਨੇ ਕਿ ਮੈਂ ਸਮਝਿਆ ਸੀਗਾ ਕੋਈ ਮੈਂ ਤੇ ਡਰੱਗ ਲੈਣ ਆਇਆ ਸੀਗਾ ਇੱਥੇ
ਜਿਹੜੇ ਉੱਥੇ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਪਠਾਨਕੋਟ ਵਾਲਾ ਜੀ ਜਿਹੜਾ ਵਾਲਾ ਪਠਾਨਕੋਟ ਵਾਲੇ ਮੈਂ ਕਪੂਰਥਲੇ ਦੀ ਗੱਲ ਹਾਂ ਉਹ ਅੱਛਾ ਤੁਸੀਂ ਕਪੂਰਥਲੇ ਦੀ ਪੂਰੀ ਓਵਰਆਲ ਪੰਜਾਬ ਪੁਲਿਸ ਦੀ ਗੱਲ ਕਰ ਰਹੇ ਉਹ ਵੀ ਮੰਦਭਾਗੀ ਇਨਸੀਡੈਂਟ ਹੋਇਆ ਮੈਂ ਸਮਝਦਾ ਪੁਲਿਸ 'ਚ ਵੀ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਅਤੇ ਹੋ ਜਾਂ ਹੋਣਾ ਨਹੀਂ ਚਾਹੀਦਾ ਲੈਕਸਿਟੀ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਜਿਹੜੀ ਜ਼ਿਕਰ ਇਹਨੂੰ ਰਾਣਾ ਸਾਹਿਬ ਕਰ ਰਹੇ ਨੇ ਕਪੂਰਥਲੇ ਦੇ ਇੱਕ 14 ਸਾਲਾ ਲੜਕੇ ਜਸਕੀਰਤ ਸਿੰਘ ਉਹਨਾਂ ਦਾ ਪਿੱਛੇ ਜੇ ਮਰਡਰ ਹੋਇਆ ਇਹਨੂੰ ਸ਼ਹਿਰ ਦੇ ਵਿੱਚ ਰਹਿੰਦੇ ਸੀਗੇ 14 ਸਾਲਾ ਲੜਕਾ ਇੱਕ ਟਿਊਸ਼ਨ 'ਤੇ ਜਾ ਰਿਹਾ ਸੀ ਦਿਨ ਦਿਹਾੜੇ ਉਹਨੂੰ ਅਗਵਾ ਕੀਤਾ ਗਿਆ ਫਿਰੌਤੀ ਦੀ ਮੰਗ ਕੀਤੀ 30 ਲੱਖ ਦੀ ਔਰ ਪੁਲਿਸ ਨੂੰ ਸਭ ਕੁਝ ਇਨਫੋਰਮੇਸ਼ਨ ਪਰਿਵਾਰ ਨੇ ਦਿੱਤੀ ਪੁਲਿਸ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਲੱਭ ਲਾਂਗੇ ਇਹਨੂੰ ਜੋ ਵੀ ਉੱਥੇ ਉਹ ਮੰਦਭਾਗਾ ਇੰਸੀਡੈਂਟ ਹੋਇਆ ਲੇਕਿਨ ਇੱਕ ਪਰਿਵਾਰ ਨੇ ਇੱਕ ਆਪਣਾ ਯੰਗ ਬੱਚਾ ਗਵਾ ਲਿਆ ਔਰ ਉਸ ਸ਼ਹਿਰ ਦੇ ਵਿੱਚ ਉਸ ਇਲਾਕੇ ਵਿੱਚ ਜਿਹੜਾ ਕਿ ਹਮੇਸ਼ਾ ਪੀਸਫੁਲ ਸ਼ਹਿਰ ਗਿਣਿਆ ਜਾਂਦਾ ਸੜਕਾਂ ਵੱਲੋਂ ਸੁਰੱਖਿਆ ਵੱਲੋਂ ਸਫਾਈ ਵੱਲੋਂ ਹਰ ਪੱਖੋਂ ਪੰਜਾਬ ਦੇ ਵਿੱਚ ਇਹਨੂੰ ਪੈਰਿਸ ਆਫ ਪੰਜਾਬ ਕਿਹਾ ਜਾਂਦਾ ਜਿਸ ਸ਼ਹਿਰ ਨੂੰ ਕਪੂਰਥਲੇ ਨੂੰ ਰਿਆਸਤੀ ਸ਼ਹਿਰ ਉੱਥੇ ਇਸ ਵੇਲੇ ਇੰਨਾ ਮੰਦ ਹਾਲ ਹੋਇਆ ਹੋਇਆ ਔਰ ਲੇਕਿਨ ਚੱਕਰ ਆਹ ਹੈ ਕਿ ਜਿਹੜੇ ਪਬਲਿਕਲੀ ਇਲੈਕਟਿਡ ਰਿਪ੍ਰੈਜੈਂਟੇਟਿਵ ਨੇ ਇਹਨਾਂ ਨੂੰ ਰਾਣਾ ਗੁਰਜੀਤ ਸਿੰਘ ਜੀ ਸਾਡੇ ਨਾਲ ਬੈਠੇ ਨੇ ਉਹਨਾਂ ਦੇ ਨਾਲੋਂ ਜ਼ਿਆਦਾ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦਾ ਉੱਥੇ ਯੂ ਨੋ ਨਹੀਂ ਸਾਰੀ ਜਿੰਨੇ ਮੁਲਾਜ਼ਮ ਲਾਉਣੇ ਨਾ ਜੀ ਕੀ ਪੋਸਟ ਉੱਤੇ ਚਾਹੇ ਉਹ ਐਸ ਡੀ ਐਮ ਹੋਵੇ ਚਾਹੇ ਤਹਿਸੀਲਦਾਰ ਹੋਣ ਚਾਹੇ ਐਸ ਐਚ ਓ ਅਪ ਟੂ ਡੀ ਐਸ ਪੀ ਇਹ ਬਾਦਲ ਸਰਕਾਰ ਦੇ ਵਿੱਚ ਅੱਜ ਐਮ ਐਲ ਏ ਚਾਹੇ ਉਹ ਹਾਰਿਆ ਚਾਹੇ ਉਹ ਜਿੱਤਿਆ ਉਹ ਇਹ ਸਾਰਾ ਕੁਝ ਲਾਏਗਾ ਇਹ ਮੈਂ ਸਮਝਦਾ ਕੋਈ ਚੰਗੀ ਪ੍ਰਥਾ ਨਹੀਂ ਹੈ ਇਹਦੇ ਨਾਲ ਕੀ ਹੈ ਕਿ ਗਵਰਨੈਂਸ ਨਹੀਂ ਦੇ ਪਾਉਂਦੇ ਆਮ ਬੰਦੇ ਨੂੰ ਇਨਸਾਫ ਨਹੀਂ ਮਿਲ ਪਾਉਂਦਾ ਅਤੇ ਜ਼ੋਰ ਜ਼ਬਰ ਔਰ ਕਰਪਸ਼ਨ ਦਾ ਰਾਜ ਲਾਗੂ ਹੋ ਜਾਂਦਾ ਇਹਨਾਂ ਗੱਲਾਂ ਨਾਲ ਇਨਕੰਪੀਟੈਂਟ ਬੰਦੇ ਆ ਕੇ ਕੁਰਸੀਆਂ 'ਤੇ ਬਹਿ ਜਾਂਦੇ ਆ ਅਤੇ ਲੋਕ ਪਰੇਸ਼ਾਨ ਤੁਹਾਨੂੰ ਆ ਨਹੀਂ ਲੱਗਦਾ ਕਿ ਇੱਕ ਅਕਾਊਂਟੇਬਿਲਟੀ ਦੀ ਜਿਹੜੀ ਚੇਨ ਆ ਉਹ ਵੀ ਡਿਸਰਪਟ ਹੁੰਦੀ ਹੈ ਸਾਰਾ ਕੁਛ ਡਿਸਰਪਟ ਹੈ ਜੀ ਕਰਪਸ਼ਨ ਬੇਇੰਤਿਹਾ ਲੋਕ ਤਰ੍ਹਾਂ ਤਰ੍ਹਾਂ ਕਰ ਉੱਠੇ ਆ ਲੋਕ ਚਾਹੁੰਦੇ ਵੀ ਅੱਛਾ ਅਸੀਂ ਸੜਕ 'ਤੇ ਜਾਈਦਾ ਅਤੇ ਰੋਕ ਕੇ ਕਹਿੰਦੇ ਆ ਜਾਓ ਮੈਂ ਕਈ ਦਫ਼ਾ ਤਾਂ ਨਹੀਂ ਸਮਝੀਦਾ ਹੁੰਦਾ ਸੀ ਸ਼ੁਰੂ 'ਚ ਮੈਂ ਕਿਹਾ ਯਾਰ ਸ਼ਾਇਦ ਚਾਹ ਪਾਣੀ ਪੀਣ ਨੂੰ ਆ ਜਾਓ ਕਹਿੰਦੇ ਆ ਉਹ ਕਹਿੰਦਾ ਨਹੀਂ ਜੀ ਮੈਂ ਕਹਿੰਦਾ ਛੇਤੀ ਦੇ ਨਹੀਂ ਰਾਜ ਕਰੋ ਵਾਪਸ ਆ ਕੇ ਅੱਛਾ ਮੇਰਾ ਕਹਿਣ ਦਾ ਮਤਲਬ ਹੈ ਆ ਜਾਓ ਸੱਤਾ ਵਿੱਚ ਹਾਂ ਸੱਤਾ 'ਚ ਆਓ ਸੱਤਾ 'ਚ ਲੋਕ ਇੰਨੇ ਦੁਖੀ ਆ ਔਰ ਲੋਕ ਚਲੋ ਸਮੇਂ ਆਉਣ 'ਤੇ ਹੀ ਆਉਣੇ ਇਹ ਜਿਹੜਾ 5 ਸਾਲ ਦਾ ਟਾਈਮ ਮਿਲ ਗਿਆ 5 ਸਾਲ ਦਾ ਤਾਂ ਪਹਿਲਾਂ ਲੋਕਾਂ ਨੇ ਦਿੱਤਾ ਸੀ ਬਾਈ ਡਿਫੋਲਟ 5 ਸਾਲ ਇਹਨਾਂ ਕੋਲ ਆਇਆ ਅਤੇ ਲੋਕ ਚਾਹੁੰਦੇ ਕਿ ਬਦਲਾਅ ਹੋਏ ਹੁਣ ਤੁਸੀਂ ਰਾਣਾ ਜੀ ਆਪਾਂ ਜੇ ਇੱਥੋਂ ਦੀ ਗੱਲ ਕਰ ਲਈਏ ਤਾਂ ਜਿਹੜੇ ਹੁਣ ਫਿਰ ਇਹ ਸਿਸਟਮ ਤੁਸੀਂ ਥੋੜ੍ਹਾ ਜਿਹਾ ਸਾਡੇ ਜਿਹੜੇ ਵਿਊਜ਼ ਨੂੰ ਦੱਸੋ ਕਿ ਕੀ ਸਿਸਟਮ ਕੀ ਹੁਣ ਸੈਟਅਪ ਕੀਤਾ ਜੀ ਕੈਪਟਨ ਸਾਹਿਬ ਦਾ ਕਿਉਂਕਿ ਹਰ ਬੰਦਾ ਚਾਹੁੰਦਾ ਜੀ ਮੇਰੇ ਘਰ ਆ ਜਾਣ ਹਰ ਬੰਦਾ ਹਰ ਮੀਡੀਆ ਵਾਲਾ ਚਾਹੁੰਦਾ ਮੇਰੇ ਘਰ ਆ ਜਾਣ ਤਾਂ ਫਿਰ ਉਹ ਕਿੱਦਾਂ ਤੁਸੀਂ ਉਹਨੂੰ ਟੈਕਲ ਕਰ ਰਹੇ ਹੋ ਇਸ ਤਰ੍ਹਾਂ ਜੀ ਹਾਂਜੀ ਕਿ ਕਰੇਜ਼ ਬਹੁਤ ਹੈ ਅਸੀਂ ਤਾਂ ਸੋਚਦੇ ਸੀ ਇੱਕ ਜਗ੍ਹਾ ਵੱਡਾ ਫੰਕਸ਼ਨ ਕਰਕੇ ਸਾਡਾ ਕੰਮ ਸੌਖਾ ਹੋ ਜਾਏਗਾ ਲੋਕਾਂ ਨਾਲ ਉਹ 2-3 ਘੰਟੇ ਦਾ 3 ਘੰਟੇ ਦਾ ਸੈਸ਼ਨ ਹੋਏਗਾ ਜਿਹਦੇ 'ਚ ਆਪਣੀ ਗੱਲ ਵੀ ਰੱਖਣਗੇ ਫਿਰ ਕੁਛ ਐੱਨ ਆਰ ਆਈ ਵੀਰ ਆਪਣੀਆਂ ਸਮੱਸਿਆਵਾਂ ਅਤੇ ਉਹਨਾਂ ਦਾ ਜਵਾਬ ਕੈਪਟਨ ਅਮਰਿੰਦਰ ਸਿੰਘ ਔਨ ਮਾਈਕ 1-to-1 ਦੇਣਗੇ ਲੇਕਿਨ ਉਹ ਪੋਸੀਬਲ ਨਹੀਂ ਹੋ ਪਾਉਣਾ ਹੁਣ ਦੇਖੋ ਕੰਮ ਜ਼ਰੂਰ ਵਧਿਆ ਥੋੜ੍ਹੀ ਜਿਹੀ ਐਫਰਟ ਵੱਧ ਕਰਨੀ ਪਏਗੀ ਲੇਕਿਨ ਲੋਕਾਂ ਦੇ ਵਿੱਚ ਪਿਆਰ ਦਾ ਜਜ਼ਬਾ ਔਰ ਕਰੇਜ਼ ਕੈਪਟਨ ਅਮਰਿੰਦਰ ਸਿੰਘ ਦੀ ਹਰ ਜਗ੍ਹਾ ਆਇਆ ਹਰ ਬੰਦਾ ਚਾਹੁੰਦਾ ਕਿ ਵੀ ਇਹਨਾਂ ਨੂੰ ਚਲੋ ਮੇਰੇ ਘਰ ਨਹੀਂ ਅਸੀਂ 150-100 ਬੰਦੇ ਨੇ ਇਕੱਠੇ ਹੋਣਾ ਯਾਰ ਮੈਨੂੰ ਪ੍ਰੋਗਰਾਮ ਦਿਓ ਦੂਜਾ ਕਹਿੰਦਾ ਮੈਨੂੰ ਪ੍ਰੋਗਰਾਮ ਦਿਓ ਕੋਈ ਚਾਹ ਦਾ ਪ੍ਰੋਗਰਾਮ ਮੰਗ ਰਿਹਾ ਕੋਈ ਲੰਚ ਦਾ ਮੰਗ ਰਿਹਾ ਕੋਈ ਡਿਨਰ ਦਾ ਮੰਗ ਰਿਹਾ ਅਤੇ ਵੱਧ ਤੋਂ ਵੱਧ ਬੰਦੇ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਹਨਾਂ ਸਾਰੇ ਜਿੰਨੇ ਕੈਨੇਡਾ 'ਚ ਲੋਕ ਵੱਸਦੇ ਆ ਨਾ ਜਿਹੜੇ ਅੱਜ ਇਹਨਾਂ ਕਰੇਜ਼ ਹੈਗਾ ਮੈਂ ਇਹਨਾਂ ਕਿਤੇ ਪਿਆਰ ਮਿਲਦੇ ਕਦੇ ਕਿਤੇ ਨੂੰ ਨਹੀਂ ਦੇਖਿਆ ਵੈਸੇ ਰਾਣਾ ਜੀ ਇੱਕ ਗੱਲ ਆ ਕਿਤੇ ਇੱਦਾਂ ਤਾਂ ਨਹੀਂ ਕਿ ਜਿੱਦਾਂ ਜਿਹੜੇ ਜੀ ਮਨੋਰਟੀ ਜਿੱਦਾਂ ਹੁਣ ਕਹਿੰਦੇ ਆ ਕਿ ਕਾਂਗਰਸ ਜਿਹੜੀ ਆ ਉਹ ਸੈਕੂਲਰ ਪਾਰਟੀ ਆ ਠੀਕ ਹੈ ਨਾ ਜੀ ਉੱਪਰ ਜੇ ਉੱਪਰਲੇ ਲੈਵਲ 'ਤੇ ਗੱਲ ਕਰੀਏ ਤਾਂ ਮੁਸਲਿਮਸ ਦੀ ਗੱਲ ਬਹੁਤ ਹੁੰਦੀ ਆ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਤਾਂ ਦਲਿਤ ਵਰਗ ਦੀ ਬਹੁਤ ਗੱਲ ਹੁੰਦੀ ਆ ਤੁਹਾਨੂੰ ਇੱਦਾਂ ਨਹੀਂ ਲੱਗਦਾ ਕਿ ਜਦੋਂ ਤੁਸੀਂ ਇੱਕ ਮਨੋਰਟੀਜ਼ ਨੂੰ ਟਾਰਗੇਟ ਕਰਦੇ ਹੋ ਹਾਲਾਂਕਿ ਦਲਿਤ ਜਿਹੜੇ ਆ ਜੀ ਉਹ ਮੈਨੂੰ ਲੱਗਦਾ 35% ਆ ਪੰਜਾਬ ਦੇ ਵਿੱਚ ਠੀਕ ਹੈ ਨਾ 25% ਜਿਹੜੇ ਆ ਜੀ ਉਹ ਜੱਟ ਆ ਅਤੇ ਜੱਟ ਵੀ ਰਿਜ਼ਰਵੇਸ਼ਨ ਮੰਗ ਰਹੇ ਆ ਉਹਨਾਂ ਦੀ ਰਿਜ਼ਰਵੇਸ਼ਨ ਆਲਰੇਡੀ ਹੈਗੀ ਅਤੇ ਰਹਿ ਗਏ ਜੀ ਬਾਹਮਣ ਬਾਣੀਆਂ ਅਤੇ ਖੱਤਰੀ ਅਤੇ ਉਹ ਸਿਚੁਏਸ਼ਨ ਨੂੰ ਕਿੱਦਾਂ ਟੈਕਲ ਕਰ ਰਹੇ ਹੋ ਉਹਨਾਂ ਵਾਸਤੇ ਕੋਈ ਲੀਡਰਸ਼ਿਪ ਹੈਗੀ ਆ ਤੁਹਾਡੇ ਕੋਲ ਕੋਈ ਖਾਸ ਲੀਡਰ ਉਹਨਾਂ ਇਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਵੇ ਜਾਂ ਉੱਪਰ ਕਾਂਗਰਸ ਪਾਰਟੀ ਜਿਹੜੀ ਹੈ ਨਾ ਜੀ ਇਹ ਸੈਕੂਲਰ ਸੋਚ ਦੀ ਪਾਰਟੀ ਆ ਔਰ ਜਿਹੜੀ ਤੁਸੀਂ 35% ਰਿਜ਼ਰਵੇਸ਼ਨ ਦੀ ਗੱਲ ਕੀਤੀ ਆ 34 ਹੋਵੇ 31 ਹੋਵੇ 35 ਹੋਵੇ ਡਿਬੇਟੇਬਲ ਚਲੋ 32 ਹੋਵੇ 34 ਹੋਵੇ ਕੋਈ ਜ਼ਿਆਦਾ ਅੰਤਰ ਨਹੀਂ ਰਿਜ਼ਰਵ ਸੀਟਾਂ 'ਤੇ ਤਾਂ ਵੇਖੋ ਰਿਜ਼ਰਵ ਲੋਕਾਂ ਨੇ ਹੀ ਲੜਨਾ ਔਰ ਉਹਨਾਂ ਨੂੰ ਰਿਪ੍ਰੈਜੈਂਟੇਸ਼ਨ ਦੇਣਾ ਬਣਦਾ ਅਤੇ ਉਹਨਾਂ ਦੀ ਰਿਪ੍ਰੈਜੈਂਟੇਸ਼ਨ ਜਿਹੜੀ ਆ ਉਹ ਨਿਰਧਾਰਿਤ ਆ ਕਿ ਆ ਰਿਜ਼ਰਵ ਸੀਟ ਇੱਥੋਂ ਰਿਜ਼ਰਵ ਨਹੀਂ ਲੜਨਾ ਔਰ ਇੱਕ ਬੜਾ ਵੈਲਿਡ ਪੁਆਇੰਟ ਹੈ ਤੁਹਾਡਾ ਕਿ ਵੀ
अज ना अगर देखा जाए गहराई दे विच रिजर्व का कोटा तो है ही है और रहना चाहिए। हाँ जी। लेकिन कुछ लोग जेडे गरीब ने जी। हाँ जी। गरीब की अत गरीब कहांगा मैं। हाँ। उदे च ब्राह्मण भी हो सकता खत्री भी हो सकता जट भी हो सकता जी। ये आने वाले समय च गल्लां चलनियां एंड दे विल बी एड्रेस्ड अकॉर्डिंग टू द सरकमस्टेंसेस प्रिवेलिंग उस वेले की हालात बनते हैं किदा और डिमांड उठेगी। हाँ जी। और समय समय तो लोड़ा जो जो जिस जिस चीज़ की लोड़ पई आ उस चीज़ को जोड़े सूझवान पॉलिटिशियन ने या जिम्मेवार पार्टियां उन्होंने गल सुन के तो एड्रैस करने की कोशिश करेगी। और कांग्रेस पार्टी तो जो दलतों की अगर समस्या सी उन्होंने पुछगिछ नहीं सी तो कांग्रेस पार्टी ने एड्रैस की जो पार्टीशन साडा होया। हालांकि बाबा साहब अंबेदकर का बहुत वड्डा योगदान है इस काम च लेकिन उस वेले दियां जिहड़े साडे लीडर सी सूझवान गांधी जी नहरू जी इन्होंने इन्होंने चीज़ों को एड्रैस की। और समय पैण ते मेरे ख्याल ना साडियां पार्टियां हुण किस हिसाब नाल करदियां किवें करदियां और खाली रिजर्वेशन इन्हां दी ते देखो एससीज़ दी ते रिजर्वेशन है ही है जी। और जिहड़ी बाकी दी रिजर्वेशन आ जट्टां दी रिजर्वेशन दे विच तुसीं हक दे विच देखो जी गल इक सुन लो चाहे वह जट हो चाहे किसी भी चाहे ब्राह्मण हो खत्री हो अगर उसकी नीड है तो नीड नूं पूरा करनी जरूरी है रिजर्वेशन करना फाइनैशियल नीड्स नूं केटर करना उस समय तो नाल उहदे खड़े होना सरकार का फर्ज है। राणा साहब तुहानूं नहीं लगता कि असी जिहड़ी नौकरी में रिजर्वेशन है या जिहड़ी यू नो हायर जॉब्स में रिजर्वेशन है फिर प्रमोशन भी अगर रिजर्वेशन शुरुआत होती है सिलसिला रुकन का नाम नहीं लै रहा सरकार इस तरह का काम क्यों नहीं उलीकती जिहदे विच सबनूं इक्वल अपॉर्चुनिटीज पढ़ाई दियां मिलन चाहे वह यूनो दलित वर्ग है चाहे वह ब्राह्मण है चाहे बाणी है बहुत सारे जनरल कैटेगरी के लोग ने जिन्हों को यूनो दो टाइम की रोटी जो कि पैसे नहीं होंगे सरकार उन्होंने क्यों नहीं एफर्ट करती। रिजर्वेशन की गल करते हैं अफसर की गल करते हैं जी जी तो दलित भी बहुत बहुत गरीब है लेकिन एक मिनट जी वो दलित की सारे नौकरी तो नहीं मिल जाती लेकिन इस तरह सारे ही नॉन रिजर्व या जनरल क्लास अमीर नहीं है, नहीं है हाँ जी। सारे को नौकरी नहीं जी जी। सारे को रोटी नहीं है जी जी। ये समय आएगा जो अपन इतने गंभीरता ना सोचना पड़ेगा और किसी भी कौम नू किसी भी मुल्क नू अमीर गरीब करना हो ना जी ते जे तो अमीर करना हो तो उन्हें पढ़ाई दे दो गरीब करना हो तो पढ़ाई की लाइन कट दो बिल्कुल नशे दे दो नशे ने जो पंजाब का नुकसान किया ना जी और पिछले नौ दस साल जो होया मैं समझदा किसी मुल्क ना किसी सूबे ना किसी करना है इदा दा ना वापर ए भी एक देशद्रोह दा मुकदमा जिहड़ा जी इन्हां ते चलना चाहिए जिहड़े लोकी करदे ने बिल्कुल जी। और गल्लां दो ने ए ड्रग प्रमोट किवें हो रही है ड्रग प्रमोट करन दा तुसीं देखिया होना कि भी कुछ बंदे तां धंधा करदे आ जी कुछ बंदिआं च चाहे ओह किहड़े पोलिटिकल होवे चाहे कारोबार दी किहड़े होवे उहदे चिट्टा पा दिओ व्हाट इज दिस चिट्टा चिट्टा मीनस नथिंग इट इज कैप्सूल लए उन्हां नूं कुटिया 500 ग्राम बनाए राणे ते पाता चल अंदर मेरी कोई सुनवाई नहीं साल पर मेरी जमानत नहीं हुंदी। पिछे जे मैं एक फोरम है इन्हां दा उह मैं कहा भी तुसीं 70,000 नौजवान तुसीं 1.5 साल च फड़ के अंदर देता 70,000 नौजवान तो 12,000 कुछ पिंड ने पंजाब चे एक पिंड नू किन्ने नौजवान आए कि जिहड़ा जिहड़ा एक बार ड्रग च अंदर जाएगा ना शराब देखो शराब बेचना भी इलीगल है ठीक है बहुत सारे ऐसे बंदे सी जिहड़ा बूट लैगिंग करदे आ ठीक है ते वड्डे ठेकेदारां ने ओह इक्को परिवार है उन्हां ने नोवल आइडिया कढ़िया कि यारो इन्हां दी शराब साडी विके ते असीं ठेका लै लिया साल दा वी आर दी सोल सैलरस ते जिन्हें शराब बूटलैगिंग करते बूटलैगिंग की आ शराब हुई आ लुधियाने सस्ती ली कपूरथले आके बेच दी कपूरथले सरपलस है उन्हें अमृतसर आने बेच दी उन्होंने फिर लोकल लैवल से किसी पेटी किसी पांच पेटियां किसी बोतल किसी दो बोतल बेचना चालू कर देना। तो पुलिस ने दो काम किए 2011 दे विच सुने होना भी बालियां लाने का ट्रांसफार्मर मोटरें चोरियां करने का बड़ा सी वह सारे ने चिट्टा पाया ते जब 2012 फिर जित गए इन्होंने सोचा तो कल ही बड़ा वधिया अज कोई चोरी की गल पंजाब च नहीं होंदी कट गई है पहला नौ ते चोरी करने वाले रहे किथे आ चोरी दे विच उन्हां दे चिट्टा पाता हुण बहुत सारे लोग है जिहड़े बूटलैगिंग करदे सीगे उन्हां बूटलैगिंग भी कट गई पंजाब च उन्हां सारे
ਤੁੰਨ ਕੇ ਤਾਂ ਅੰਦਰ ਕਰ ਦਿੰਦੇ ਸੀਗੇ ਅਤੇ 70,000 ਨੌਜਵਾਨ ਜਿਹੜਾ ਅੰਦਰ ਗਿਆ ਉਹਨਾਂ 'ਚੋਂ 50,000 ਤਾਂ ਪੱਕਾ ਡਰੱਗ 'ਚ ਲੱਗ ਗਿਆ ਜਿਹਨਾਂ ਨਹੀਂ ਵੀ ਵੇਚੀ ਸੀ ਨਾ ਉਹ ਵੀ ਫਿਰ ਜਦ ਡਰੱਗ ਲੋਰਡਸ ਨਾਲ ਉੱਥੇ ਬੈਠਣਗੇ ਕੋਈ ਇੰਟਰਨੈਸ਼ਨਲ ਲੈਵਲ ਦੀ ਗੱਲ ਕਰੇਗਾ ਕੋਈ ਨੈਸ਼ਨਲ ਲੈਵਲ ਦੀ ਡਰੱਗ ਦੀ ਗੱਲ ਕਰੇਗਾ ਕੋਈ ਸੂਬੇ ਲੈਵਲ ਦੀ ਕਰੇਗਾ ਸੂਬੇ ਨੇ ਜ਼ਿਲ੍ਹੇ 'ਤੇ ਵੇਚਣਗੇ ਜ਼ਿਲ੍ਹੇ 'ਤੇ ਨਹੀਂ ਬਲੋਕ 'ਤੇ ਵੇਚਣਗੇ ਬਲੋਕ ਨਹੀਂ ਪਿੰਡ ਵੇਚੀ ਜਾਣਗੇ ਸੋ ਇਹਦਾ ਮਤਲਬ ਉਹਨਾਂ 'ਚ ਬਹੁਤ ਸਾਰੇ ਨੌਜਵਾਨ ਟਰੈਪ ਹੋ ਗਏ ਇਸ ਬੰਨੇ ਨੂੰ ਡਰੱਗ ਵਧਾਉਣ ਦਾ ਇੱਕ ਕਾਰਨ ਇਹ ਵੀ ਆ ਇਹ ਪੁਲਿਸ 'ਤੇ ਜਿਹੜੇ ਨਜਾਇਜ਼ ਪਰਚੇ ਹੋਏ ਆ ਔਰ ਸੁਣਵਾਈ ਨਹੀਂ ਔਰ ਇਹ 2 ਸਾਲ ਦੇ ਬਾਅਦ ਇਨਸਾਫ਼ ਮਿਲ ਜਾਂਦਾ ਉਹਨਾਂ ਨੂੰ ਕਿ ਡਰੱਗ ਨਹੀਂ ਸੀ ਲੇਕਿਨ ਉਹਨਾਂ ਅਫਸਰਾਂ ਨੇ ਜਿਹਨਾਂ ਨੇ ਝੂਠੇ ਪਰਚੇ ਕੀਤੇ ਉਹਨਾਂ 'ਤੇ ਕੋਈ ਪਰਚਾ ਕਰਨ ਨੂੰ ਤਿਆਰ ਅੱਜ ਮੈਂ ਸਮਝਦਾ ਮੈਂ ਪ੍ਰਮੋਸ਼ਨਾਂ ਹੋਈਆਂ ਔਰ ਮੈਂ ਸਮਝਦਾ ਸਮਾਂ ਆਏਗਾ ਜੀ ਉਹਨਾਂ ਅਫਸਰਾਂ 'ਤੇ ਪਰਚੇ ਹੋਣਗੇ ਜਿਹਨਾਂ ਨੇ ਨਜਾਇਜ਼ ਕੀਤਾ ਲੋਕਾਂ ਨੂੰ ਨਹੀਂ ਡੈਫੀਨੇਟਲੀ ਘਰ ਬਰਬਾਦ ਕੀਤੇ ਕੁਛ ਨਾ ਕੁਛ ਤਾਂ ਇਹਦਾ ਵਾਇ ਮੀਡੀਆ ਨਿਕਲਣਾ ਚਾਹੀਦਾ ਕਿ ਜਿਹੜੀ ਨਕੇਲ ਆ ਉਹ ਕਸੀ ਜਾਵੇ ਦੂਸਰੇ ਪਾਸੇ ਇੱਕ ਬੜਾ ਜਵਲੰਤ ਮੁੱਦਾ ਹੋਰ ਹੈਗਾ ਪੰਜਾਬ ਖਾਸ ਕਰਕੇ ਜਿਹਦੇ ਨਾਲ ਬੜਾ ਮੈਨੂੰ ਪਰੇਸ਼ਾਨੀ 'ਚ ਅਸੀਂ ਸਾਰੇ ਸੜਕ ਸੁਰੱਖਿਆ ਨੂੰ ਲੈ ਕੇ ਹਰ ਰੋਜ਼ ਤਕਰੀਬਨ 10 ਤੋਂ 15 ਲੋਕਾਂ ਦੀ ਮੌਤ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਵਿੱਚ ਹੋ ਰਹੀ ਹੈ ਤੁਸੀਂ ਵੀ ਦੇਖਦੇ ਹੋ ਅਖਬਾਰਾਂ 'ਚ ਪੜ੍ਹਦੇ ਹੋ ਇਹਨੂੰ ਕਪੂਰਥਲਾ ਛੋਟੇ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ ਮੈਂ ਹੁਣ ਅੱਜ ਸਵੇਰੇ ਹੀ ਪੜ੍ਹ ਲਿਆ ਸੀਗਾ ਕਿ ਕਪੂਰਥਲੇ ਵਿੱਚ ਇੱਕ ਡਰਾਈਵਿੰਗ ਟੈਸਟ ਸੈਂਟਰ ਖੋਲਿਆ ਗਿਆ ਅਜੀਤ ਨਗਰ ਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਨੇ ਆ ਕੇ ਉਦਘਾਟਨ ਕੀਤਾ ਉਹਨਾਂ ਨੇ ਕਿਹਾ ਕਿ ਜੀ ਆਟੋਮੇਟਿਡ ਡਰਾਈਵਿੰਗ ਟੈਸਟ ਇੱਥੇ ਹੋਇਆ ਕਰੇਗਾ ਉਹ ਡਰਾਈਵਿੰਗ ਟੈਸਟ ਤੋਂ ਚਲੋ ਤੁਸੀਂ ਆਟੋਮੇਟਿਡ ਕਰ ਦਿੱਤਾ ਸਿਸਟਮ ਸੁਧਾਰ ਲਿਆ ਤਾਂ ਲੇਕਿਨ ਜੇ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਏਗੀ ਜੇ ਇਨਫੋਰਸਮੈਂਟ ਨਹੀਂ ਹੋਏਗੀ ਕੋਈ ਪੁਲਿਸ ਵਾਲਾ ਰੋਕਦਾ ਹੈ ਮੈਨੂੰ ਰੋਕਦਾ ਬਿਨਾਂ ਹੈਲਮਟ ਤੋਂ ਮੈਂ ਨਾਲ ਹੀ ਫੋਨ ਕਰ ਲੈਣਾ ਪ੍ਰਧਾਨ ਜੀ ਨੂੰ ਜਾਂ ਇਹਨੂੰ ਰਾਣਾ ਸਾਹਿਬ ਨੂੰ ਨਾਲ ਹੀ ਫੋਨ ਡੀਐਸਪੀ ਨੂੰ ਨਾਲ ਹੀ ਡੀਐਸਪੀ ਨੂੰ ਹੋ ਜਾਂਦਾ ਸੋ ਰਾਣਾ ਸਾਹਿਬ ਉਹ ਚੀਜ਼ ਵਿੱਚ ਕਦੋਂ ਸੁਧਾਰ ਆਏਗਾ ਕਦੋਂ ਅਸੀਂ ਉਹ ਦੇਖਾਂਗੇ ਗੱਲ ਹੈ ਕਿ ਵੀ ਅੱਜ ਤੁਸੀਂ ਬੜੀ ਵਧੀਆ ਗੱਲ ਛੇੜੀ ਹੈ ਕਿ ਅੱਜ ਤੁਸੀਂ ਕਿਸੇ ਸ਼ਹਿਰ ਚਲ ਜਾਓ ਜੀ ਹਰ ਚੌਂਕ ਦੇ ਉੱਤੇ ਹਰ ਜਿੱਥੇ ਸ਼ਹਿਰ ਐਂਟਰ ਕਰਦੇ ਹੋ ਜਿੱਥੇ ਸ਼ਹਿਰੋਂ ਬਾਹਰ ਨਿਕਲਦੇ ਹੋ ਜੀ ਉੱਥੇ ਪੁਲਿਸ ਵਾਲੇ ਚਲਾਨ ਦੀਆਂ ਕਾਪੀਆਂ ਲੈ ਕੇ ਬੈਠੇ ਹੁੰਦੇ ਆ ਠੀਕ ਹੈ ਉਹਨਾਂ ਦਾ ਕੰਮ ਕੇਵਲ ਚਲਾਨ ਕਰਨ ਦਾ ਉਹਨਾਂ ਨੂੰ ਐਜੂਕੇਟ ਵੀ ਕਰਨਾ ਚਾਹੀਦਾ ਲੋਕਾਂ ਨੂੰ ਰਾਈਟ ਫਰੋਮ ਦੀ ਸਕੂਲ ਲੈਵਲ ਟੂ ਕਾਲਜ ਲੈਵਲ ਐਂਡ ਈਵਨ ਇਨ ਮਹੱਲਾ ਜੀ ਕਿ ਯਾਰ ਇਟ ਇਜ਼ ਫੋਰ ਦੀ ਸੇਫਟੀ ਆਫ ਦੀ ਹਿਊਮਨ ਬੀਇੰਗ ਹੈਲਮਟ ਪਾਉਣੀ ਕਿਉਂ ਜ਼ਰੂਰੀ ਆ ਤੁਹਾਨੂੰ ਰੂਲਸ ਨੂੰ ਅਵੋਇਡ ਕਰਨਾ ਕਿਉਂ ਜ਼ਰੂਰੀ ਆ ਸਿਕਸ਼ਾ ਨਾ ਆਉਂਦੀ ਸਾਡੇ ਕੋਈ ਚੀਜ਼ ਨਹੀਂ ਉਹ ਸਿਰਫ ਪੈਸੇ ਇਕੱਠੇ ਕਰਨ ਲਈ ਇਹ ਸਾਰਾ ਕੰਮ ਕੀਤਾ ਜਾਂਦਾ ਸੋ ਇਸ ਪੱਖੋਂ ਸਰਕਾਰ ਕੁਛ ਕਰੇ ਇਹਨੂੰ ਪਿਛਲੇ ਜੇ ਸਾਬਕਾ ਪ੍ਰਧਾਨ ਜੀ ਆਏ ਸੀਗੇ ਕਪੂਰਥਲਾ ਕੌਂਸਲ ਦੇ ਇੱਥੇ ਜੋ ਇਸ ਲਈ ਐਮਸੀ ਵੀ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਮੈਂ ਕਿਹਾ ਜੀ ਤੁਸੀਂ ਵਾਰਡ ਲੈਵਲ 'ਤੇ ਕੰਮ ਸ਼ੁਰੂ ਕਰਦੇ ਹੋ ਹਰ ਇੱਕ ਮਿਊਂਸੀਪਲ ਕੌਂਸਲਰ ਨਾਲ ਸੋਚੇ ਕਿ ਮੈਂ ਆਪਣੇ ਵਾਰਡ ਦੇ ਵਿੱਚ ਇਸ ਚੀਜ਼ ਨੂੰ ਇੰਪਲੀਮੈਂਟ ਕਰਾਂ ਐਜੂਕੇਟ ਕਰਾਂ ਨਾ ਕਿ ਸਿਰਫ ਜਨਵਰੀ ਦਾ ਪਹਿਲਾ ਹਫ਼ਤਾ ਅਸੀਂ ਸੜਕ ਸੁਰੱਖਿਆ ਹਫ਼ਤਾ ਮਨਾ ਲਿਆ ਔਰ ਚਲੋ ਜੀ ਕਾਗਜ਼ੀ ਕਾਰਵਾਈ ਹੋ ਗਈ ਸੋ ਤੁਹਾਡੀ ਲੀਡਰਸ਼ਿਪ ਇਹਦੇ ਵਿੱਚ ਜ਼ਰੂਰ ਚਾਹੀਦੀ ਹੈ ਬਿਲਕੁਲ ਔਰ ਮੈਂ ਤਾਂ ਇਹ ਵੀ ਕਹਾਂਗਾ ਕਿ ਹਰ ਚੀਫ ਮਿਨਿਸਟਰ ਦੇ ਕੋਲ ਹੋਮ ਡਿਪਾਰਟਮੈਂਟ ਹੁੰਦਾ ਜੀ ਡਜ਼ ਦੀ ਚੀਫ ਮਿਨਿਸਟਰ ਹੈਵ ਟਾਈਮ ਟੂ ਲੁੱਕ ਐਟ ਦੀ ਟ੍ਰੈਫਿਕ ਪ੍ਰੋਬਲਮਸ ਜੀ ਨਹੀਂ ਹੁੰਦਾ ਸੋ ਮੇਰੇ ਖਿਆਲ ਨਾਲ ਜਿਹੜਾ ਇਹਦੇ 'ਚੋਂ ਡਿਪਾਰਟਮੈਂਟ ਰਿਲੇਟਡ ਟੂ ਦੀ ਸਟੇਟ ਸਿਕਿਉਰਿਟੀ ਰਿਲੇਟਡ ਟੂ ਅਦਰ ਨੈਸੈਸਰੀ ਇੰਟੈਲੀਜੈਂਸ ਜਿਹੜੀ ਮੁੱਖ ਮੰਤਰੀ ਨੂੰ ਲੋੜ ਹੁੰਦੀ ਸਟੇਟ ਚਲਾਉਣ ਲਈ ਉਹ ਤਾਂ ਮੁੱਖ ਮੰਤਰੀ ਕੋਲ ਹੋਣਾ ਚਾਹੀਦਾ ਆ ਟ੍ਰੈਫਿਕ ਔਰ ਜਿਹੜਾ ਸਾਰਾ ਇਹ ਸਾਰਾ ਕਿਸੇ ਨਾ ਕਿਸੇ ਹੋਰ ਡਿਪਾਰਟਮੈਂਟ ਨਾਲ ਅਟੈਚ ਹੋਣਾ ਚਾਹੀਦਾ ਸੋ ਦੈਟ ਇਹ ਮੋਨੀਟਰਿੰਗ ਟਾਈਮ ਐਂਡ ਅਗੇਨ ਹੋ ਸਕੇ ਅਤੇ ਇੱਥੇ ਹੁਣ ਜੀ ਚਲੋ ਕੈਪਟਨ ਸਾਹਿਬ ਨੇ ਕੱਲ੍ਹ ਆ ਜਾਣਾ ਅਤੇ ਜਸਟਿਨ ਟਰੂਡੋ ਹੋਣਾਂ ਦੇ ਨਾਲ ਵੀ ਮੁਲਾਕਾਤ ਵਗੈਰਾ ਉਹ ਕਰਨਗੇ ਜਾਂ ਕੋਈ ਸਕੈਜੂਲ ਦੇ ਵਿੱਚ ਹੈਗੀ ਆ ਜੀ ਅੱਜ ਤਾਂ ਚਿੱਠੀ ਲਿਖੀ ਉਹਨਾਂ ਨੇ ਬੜੀ ਸਖ਼ਤ ਮੇਰੇ ਖਿਆਲ ਕੈਪਟਨ ਸਾਹਿਬ ਨੇ ਚਿੱਠੀ ਲਿਖੀ ਹੈ ਜਸਟਿਨ ਟਰੂਡੋ ਸਾਹਿਬ ਨੂੰ ਕਿ ਵੀ ਮੈਨੂੰ ਕਿਉਂ ਰੋਕਿਆ ਜਾ ਰਿਹਾ ਸ਼ਾਇਦ ਲੱਗ ਰਹੀਆਂ ਸੀ 10 ਦਿਨ ਪਹਿਲਾਂ ਦੇ ਮੀਡੀਆ 'ਚ ਖਬਰਾਂ ਆ ਰਹੀਆਂ ਸੀ ਕਿ ਕੈਨੇਡਾ ਨੇ ਆਪਣੇ ਸਖ਼ਤ ਜਿਹੜੇ ਦੇਖੋ ਮੈਂ ਆਈ ਵਿਲ ਬੀ ਵੈਰੀ ਫੇਅਰ ਜੀ ਕਿ ਕੁਛ ਦਿਨ ਪਹਿਲਾਂ ਅੱਜ ਤੋਂ ਮੇਰੇ ਖਿਆਲ ਨਾਲ ਜਦੋਂ ਅਕਾਲੀ ਲੀਡਰਾਂ ਦੇ ਇੱਥੇ ਬਦਮਜ਼ਗੀ ਹੋਈ ਹੈ ਉਸ ਦੌਰਾਨ ਅਖਬਾਰਾਂ 'ਚ ਆਇਆ ਸੀਗਾ ਕਿ ਵੀ ਸ਼ਾਇਦ ਅਸੀਂ ਰੈਲੀਜ਼ ਇਹ ਇੱਥੇ ਆ ਕੇ ਪੋਲੀਟੀਕਲ ਆਪਣਾ ਨਾ ਕਰਨ ਵੀ ਵਿਲ ਕੈਨੇਡਾ ਵਿਲ ਟੇਕ ਇਟ ਸੀਰੀਅਸਲੀ ਜਿਸਮ ਕਹਿੰਦੀ ਉਹਨਾਂ ਨੇ ਦਿੱਤਾ ਸੀ ਬਿਆਨ ਹਾਂ ਇੱਕ ਬਿਆਨ ਆਇਆ ਸੀ ਜੀ ਜੀ ਉਹਦੇ ਤਹਿਤ ਹੀ ਚਲੋ ਵਟ ਐਵਰ ਇਟ ਇਜ਼ ਇਹ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਉਹਨਾਂ ਦੇ ਆਉਣ ਦਾ ਫੇਰੀ ਦਾ ਕੁਛ ਲੋਕ ਨਾ ਪਤਾ ਲੱਗ ਪਾਉਂਦਾ ਸਾਰੇ ਬੰਦੇ ਤਾਂ ਹੌਲ 'ਚ ਆ ਨਹੀਂ ਜਾਣੇ ਸੀ ਜੀ ਜੀ ਹੁਣ ਪਤਾ ਲੱਗ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਆਏ ਆ ਤੁਹਾਡਾ ਮੀਡੀਆ ਦਾ ਵੀ ਬਹੁਤ ਧੰਨਵਾਦ ਕਿ ਔਰ ਕੈਨੇਡੀਅਨ ਗਵਰਨਮੈਂਟ ਦਾ ਵੀ ਧੰਨਵਾਦ ਜੋ ਬੈਨ ਹੋਇਆ ਤਾਂ ਤੁਸੀਂ ਕੀਤਾ ਨਾ ਜੀ ਜੀ ਤੁਸੀਂ ਪ੍ਰਚਾਰ ਕੀਤਾ ਵੀ ਉਹ ਰੋਕ ਦਿੱਤਾ ਗਿਆ ਉਹਦੇ ਨਾਲ ਸਿੰਪਥੀ ਸਾਨੂੰ ਹੋਰ ਮਿਲੀ ਹੈ
ਆਈ ਐਮ ਗ੍ਰੇਟਫੁਲ ਟੂ ਦੀ ਮੀਡੀਆ। ਤੁਸੀਂ ਇੱਥੇ ਆਏ ਅਤੇ ਨਾਲ ਦੀ ਨਾਲ ਇਹ ਹੋ ਗਿਆ ਕਿ ਅਕਾਲੀ ਦਲ ਵਾਲਿਆਂ ਨੇ ਜਿਹੜੀਆਂ ਜੀ ਐਡਾਂ ਵਾ ਇੱਥੋਂ ਦੇ ਰੇਡੀਓ ਦੇ ਉੱਤੇ ਆਲਰੇਡੀ ਸਟਾਰਟ ਕਰ ਦਿੱਤੀਆਂ ਕਿ ਤੁਸੀਂ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਸਰਕਾਰ ਲਿਆਓ, ਅਸੀਂ ਆਹ ਕੰਮ ਕੀਤੇ ਨੇ, ਕੀ ਉਹ ਵੀ ਤੁਹਾਡੇ ਕਰਕੇ ਹੋਇਆ? ਉਹਦੇ ਬਾਰੇ ਤੁਹਾਡਾ ਕੀ ਟੇਕ ਹੈ ਜੀ? ਦੇਖੋ ਜੀ, ਮੈਂ ਤਾਂ ਇੱਕ ਗੱਲ ਕਹਿੰਦਾ, ਕੰਮ ਕਰਨੇ ਚਾਹੀਦੇ ਆ। ਸਰਕਾਰ ਜਿਹੜੀ ਮਰਜ਼ੀ ਹੋਵੇ ਜੀ, ਲੋਕ ਡਿਵੈਲਪਮੈਂਟ ਭਾਲਦੇ ਆ, ਲੋਕ ਗਵਰਨੈਂਸ ਚਾਹੁੰਦੇ ਆ, ਚੰਗੀ ਸਿੱਖਿਆ, ਸਿਹਤ, ਹੋਰ ਬੜੀਆਂ ਸੁਵਿਧਾਵਾਂ ਜਿਹਨਾਂ ਤੋਂ ਲੋਕ ਵਾਂਝੇ ਆ। ਸ਼ਹਿਰ ਸਾਡੇ ਗੰਦੇ ਆ, ਸਫਾਈ ਕੋਈ ਕਰਦਾ ਨਹੀਂ, ਸੀਵਰੇਜ ਚੌਕ ਪਏ ਆ। ਜਿੱਥੇ ਅਸੀਂ 2007 ਦੇ ਵਿੱਚ ਸ਼ਹਿਰਾਂ 'ਚ ਸੀਵਰੇਜ ਪਾਉਣਾ ਛੱਡ ਗਏ ਸੀ, ਕਰੀਬ ਕਰੀਬ ਅੱਜ ਉੱਥੇ ਹੀ ਆ। ਤੁਹਾਨੂੰ ਯਾਦ ਹੋਏਗਾ 2012 ਸਾਰੇ ਪੰਜਾਬ ਦੀ ਨਹੀਂ, ਕਪੂਰਥਲੇ ਦੀ ਗੱਲ ਕਰਦਾ, ਉੱਥੇ ਦਾ ਉੱਥੇ ਹੀ ਆ। ਉਹ ਹੁਣ ਕੰਮ ਚਾਲੂ ਕੀਤਾ, ਪਤਾ ਨਹੀਂ ਉਹ ਪੂਰਾ ਹੋਣਾ ਨਹੀਂ ਹੋਣਾ। ਬਿਲਕੁਲ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਬੜੇ ਕੰਮ ਨੇ ਵਿਕਾਸ ਦੇ ਜਿਹੜੇ ਨਹੀਂ ਕਰ ਪਈ ਅਕਾਲੀ ਦਲ, 10 ਸਾਲਾਂ 'ਚ ਨਹੀਂ ਕਰ ਪਾਇਆ। ਅਤੇ ਇਹਨਾਂ ਐਡਸ ਨਾ ਲੋਕਾਂ ਨੇ ਨਹੀਂ ਮੰਨਣਾ। ਮੀਡੀਆ ਨੂੰ ਐਡ ਦੇ ਦਿਓ, ਮੀਡੀਆ ਚਾਹੁੰਦੀ ਹੈ, ਮੀਡੀਆ ਵੀ ਚੱਲਣਾ, ਇਹ ਤਾਂ ਕਾਰੋਬਾਰ ਹੈ ਜੀ ਜੀ ਜੀ, ਅਤੇ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਆ। ਬਟ ਮੀਡੀਆ ਵੀ ਕਿੰਨੀ ਕੁ ਦੇਰ 'ਤੇ ਪ੍ਰਮੋਟ ਕਰੇਗੀ? ਆਫਟਰ ਆਲ ਕੀਤੇ ਉਹ ਲੱਛਣ ਸਾਹਮਣੇ ਆਉਣੇ ਨੇ, ਅਤੇ ਲੋਕ ਲੋਕ ਵਿਕਾਸ ਚਾਹੁੰਦੇ, ਉਹ ਹੈ ਨਹੀਂ ਪੰਜਾਬ 'ਚ। ਆਮ ਆਦਮੀ ਨੂੰ ਕਿੰਨਾ ਕੁ ਵੱਡਾ ਥ੍ਰੈਟ ਮੰਨਦੇ ਹੋ? ਮੈਂ ਮੇਰਾ ਤੁਸੀਂ ਸਵਾਲ, ਹਾਂਜੀ ਆਹ ਵੀ ਪੁੱਛਣਾ ਸੀ, ਇੱਕ ਹੋਰ ਵੀ ਸੀ, ਚਲੋ ਤੁਸੀਂ ਆਹ ਪੁੱਛਿਆ ਵਧੀਆ। ਦੇਖੋ ਜੀ, ਕਿਸੇ ਨੂੰ ਮੈਂ ਕਹਾਂ ਹੈ ਹੀ ਨਹੀਂ ਅਕਾਲੀ ਦਲ ਕੁਛ ਨਹੀਂ, ਆਮ ਆਦਮੀ ਪਾਰਟੀ ਕੁਛ ਨਹੀਂ, ਇਹ ਨਹੀਂ ਮੈਂ ਕਹਿੰਦਾ। ਲੇਕਿਨ ਕਾਂਗਰਸ ਪਾਰਟੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਦੀ ਇਮੇਜ ਆ, ਔਰ ਕੈਪਟਨ ਅਮਰਿੰਦਰ ਸਿੰਘ ਉਹ ਇਨਸਾਨ ਆ ਜਿਹਨੇ ਗਵਰਨੈਂਸ ਦਿੱਤੀ ਆ, ਪੰਜਾਬ ਨੂੰ ਡਿਵੈਲਪਮੈਂਟ ਦਿੱਤੀ ਆ, ਐਜੂਕੇਸ਼ਨ ਦਾ ਮਿਆਰ, ਹੈਲਥ ਸਿਸਟਮ ਨੂੰ ਇੰਪਰੂਵ ਕਰਨ ਦੀ ਗੱਲ ਕੀਤੀ ਸੀ। ਔਰ ਸਾਰਿਆਂ ਨਾਲੋਂ ਵੱਡੀ ਗੱਲ ਸੀ ਕਿ ਜਿਹੜਾ ਯੂਥ ਹੈ ਨਾ, ਯੂਥ ਕੀ ਚਾਹੁੰਦਾ? ਯੂਥ ਇੰਪਲੋਇਮੈਂਟ ਚਾਹੁੰਦਾ ਜੀ। ਇੰਪਲੋਇਮੈਂਟ ਜਨਰੇਟ ਕਰਨ ਲਈ ਖਾਲੀ ਸਰਕਾਰੀ ਨੌਕਰੀਆਂ ਬਹੁਤ ਨਹੀਂ, ਇੱਕ ਮਾਹੌਲ ਪੰਜਾਬ ਦੇ ਵਿੱਚ ਬਣਾਉਣਾ ਪਊ ਜਿੱਥੇ ਇੰਡਸਟਰੀਅਲਿਸਟ ਬਾਹਰੋਂ ਆ ਕੇ ਉੱਥੇ ਆਪਣੇ ਕਾਰਖਾਨੇ ਲਾਉਣ, ਵਪਾਰ ਵਧੇ। ਉਹ ਕੇਵਲ ਅਤੇ ਕੇਵਲ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਜੀ, ਤੁਹਾਡੇ ਸਾਹਮਣੇ ਆ। ਜਿਹੜੀਆਂ ਜਿਉਂ ਚੱਲੀਦਾ ਸੀ ਆਪਣੇ ਪੰਜਾਬ ਦੇ ਬੈਰੀਅਰ ਤੋਂ ਅੰਬਾਲਾ ਟੱਪ ਕੇ ਅਤੇ ਬਾਰਡਰ ਤਾਈਂ, ਕੋਈ ਜਗ੍ਹਾ ਐਸੀ ਨਹੀਂ ਸੀ ਜਿੱਥੇ ਕੰਸਟਰਕਸ਼ਨ ਨਾ ਚੱਲ ਰਹੀ ਹੋਵੇ। ਅੱਜ ਤੁਸੀਂ ਵੇਖੋਗੇ ਕਿ ਉਹ ਬਿਲਡਿੰਗਾਂ 2007 'ਚ ਜਿੱਥੇ ਪਹੁੰਚੀਆਂ ਸੀ ਉੱਥੇ ਦੀਆਂ ਉੱਥੇ ਰੁਕ ਗਈਆਂ। ਇਹਦਾ ਮਤਲਬ ਵਿਕਾਸ ਉੱਥੇ ਰੁਕਿਆ। ਔਰ ਪੰਜਾਬ ਔਰ ਪੰਜਾਬ ਦੇ ਲੋਕ ਅੱਜ ਵਾਜਾਂ ਮਾਰਦੇ, ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੌਕਾ ਦਿੱਤਾ ਜਾਵੇ, ਉਹ ਫਿਰ ਤੀ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਜਾ ਸਕਣ। ਅਤੇ ਮੈਨੂੰ ਪੂਰਾ ਭਰੋਸਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਦੀ ਓਨਲੀ ਪਰਸਨ। ਬਿਲਕੁਲ ਜੀ, ਸਮਾਂ ਸਾਡਾ ਬਿਲਕੁਲ ਸਮਾਪਤੀ ਵਾਲਾ, ਲੇਕਿਨ ਅਖੀਰ ਵਿੱਚ ਇੱਕੋ ਹੀ ਸਵਾਲ, ਕੀ ਇਸ ਵੇਲੇ ਕਾਂਗਰਸ ਪਾਰਟੀ ਯੂਨਾਈਟਿਡ ਹੈ, ਇੱਕਜੁੱਟ ਹੈ, ਜਾਂ ਹਜੇ ਵੀ ਧੜਿਆਂ ਵਿੱਚ ਵੰਡੀ ਹੋਈ ਹੈ? ਦੇਖੋ, ਕੋਈ ਵੀ ਪਾਰਟੀ ਇਹੋ ਜਿਹੀ ਨਹੀਂ ਜਿਹੜੀ ਧੜਿਆਂ 'ਚ ਨਾ ਵੰਡੀ ਹੋਵੇ। ਓਕੇ। ਲੇਕਿਨ ਕਾਂਗਰਸ ਪਾਰਟੀ ਪਿੱਛੇ ਜੇ ਰਾਹੁਲ ਜੀ ਆਏ ਸੀ ਜੀ, ਸਾਰਿਆਂ ਨੇ ਮੁੱਖ ਇਕੱਠੇ ਹੋਣ ਦਾ ਸਬੂਤ ਦਿੱਤਾ। ਠੀਕ ਹੈ। ਰਾਹੁਲ ਜੀ ਐਡਰੈਸ ਕਰਕੇ ਗਏ ਆ। ਐਂਡ ਸਭ ਤੋਂ ਅੱਛੀ ਗੱਲ ਇਹ ਆ ਕਿ ਅਮੂਮਨ ਕੀ ਹੁੰਦਾ ਕਿ ਵੀ ਲੀਡਰ ਜ਼ਿਆਦਾ ਬੋਲਦੇ ਆ ਅਤੇ ਵਰਕਰ ਜਿਹੜੇ ਬਾਹਰੋਂ ਆਏ ਹੁੰਦੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਰਾਹੁਲ ਜੀ ਆਏ, ਉਹਨਾਂ ਨੇ MLA ਔਰ ਜਿਹੜੇ MLA ਲੜੇ ਸੀ, MP ਸੀ, ਉਹ ਬੈਠੇ ਸੀ। ਓਕੇ। ਅਤੇ ਵਿਚਾਰ ਉਹ ਸਾਡੇ ਬੈਠਿਆਂ ਵਰਕਰਸ ਦੇ ਲਏ, ਮੈਂ ਸਮਝਦਾ ਬੜੀ ਵੱਡੀ ਗੱਲ ਹੈ। ਔਰ ਯੂਨਾਈਟਿਡ ਫੇਸ ਹੈ, ਰਹੇਗਾ, ਪਾਵਰ 'ਚ ਅਸੀਂ ਤਾਂ ਹੀ ਹੋਵਾਂਗੇ ਜੇ ਅਸੀਂ ਇਕੱਠੇ ਹੋਵਾਂਗੇ। ਔਰ ਜੋ ਪੰਜਾਬ ਦੇ ਵਿੱਚ ਜਨਤਾ ਨੂੰ ਕੁੱਟਿਆ ਗਿਆ, ਖਾਸ ਤੌਰ 'ਤੇ ਕਾਂਗਰਸ ਦੇ ਵਰਕਰ ਨੂੰ ਕੁੱਟਿਆ ਗਿਆ, ਲੀਡਰਸ਼ਿਪ ਦੀ ਮਜਬੂਰੀ ਆ, ਇਹਨਾਂ ਨੂੰ ਇਕੱਠੇ ਹੋਣਾ ਪਏਗਾ। ਜਿਹੜਾ ਲੀਡਰ ਨਹੀਂ ਇਕੱਠੇ ਹੋਏ, ਜੇ ਮੰਨ ਲਓ ਮੈਂ ਆਪਣੀ ਬਾਂਸਰੀ ਲਹਿਦਾ ਵਜਾਵਾਂਗਾ ਨਾ, ਲੋਕ ਮੈਨੂੰ ਪਾਸੇ ਕਰ ਦੇਣਗੇ ਅਤੇ ਕਾਂਗਰਸ ਨੂੰ ਜਿਤਾ ਕੇ ਆ ਜਾਣਗੇ, ਇਹ ਮੇਰਾ ਵਿਸ਼ਵਾਸ ਹੈ। ਬਹੁਤ ਬਹੁਤ ਥੈਂਕ ਯੂ ਜੀ, ਤੁਹਾਡਾ ਰਾਣਾ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਦਰਸ਼ਨ ਦਿੱਤੇ, ਬਹੁਤ ਬਹੁਤ ਥੈਂਕ ਯੂ। ਔਰ ਗਾਹੇ ਬਗਾਹੇ ਤੁਹਾਡੀਆਂ ਸਰਵਿਸਿਜ਼ ਲੈਂਦੇ ਰਹਾਂਗੇ, ਔਰ ਆਸ ਕਰਦੇ ਹਾਂ ਕਿ ਤੁਸੀਂ ਪਾਵਰ ਦੇ ਵਿੱਚ ਫਿਰ ਆਓ, ਔਰ ਭਾਵੇਂ ਫੋਨ ਦੇ ਜ਼ਰੀਏ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਜ਼ਰੂਰ ਲਵਾਉਂਦੇ ਰਿਹਾ ਕਰੋ। ਦੀਪਕ ਜੀ, ਤੁਹਾਡਾ ਧੰਨਵਾਦ ਮੈਂ ਕਰਨਾ ਚਾਹੁੰਦਾ, ਤੁਸੀਂ ਮੈਨੂੰ ਮੌਕਾ ਦਿੱਤਾ, ਉਹ ਤਾਂ ਛੋਟੀ ਗੱਲ ਹੈ। ਲੇਕਿਨ ਤੁਸੀਂ ਔਰ ਜਿੰਨਾ ਮੀਡੀਆ ਕੈਨੇਡਾ ਦਾ, ਮੈਂ ਸਮਝਦਾ ਤੁਸੀਂ ਇੱਕ ਬਹੁਤ ਵੱਡਾ ਕੰਮ ਕਰ ਰਹੇ ਹੋ, ਕਿਉਂਕਿ ਜੋ ਰੀਪ੍ਰਜੈਂਟੇਸ਼ਨ ਪੰਜਾਬੀਆਂ ਨੂੰ ਅੱਜ ਇਸ ਸਰਕਾਰ ਦੇ ਵਿੱਚ ਕੈਨੇਡਾ 'ਚ ਮਿਲੀ ਹੈ ਨਾ, ਉਹ 'ਚ ਦੇਣ ਤੁਹਾਡੀ ਅਤੇ ਸਾਡੇ ਜਿਹੜੇ ਸੋਸ਼ਲ ਲੋਕ ਨੇ ਉਹਨਾਂ ਦੀ ਬੜੀ ਵੱਡੀ ਹੈ ਕਿ ਤੁਸੀਂ ਪੰਜਾਬੀਆਂ ਨੂੰ ਕਿਹਾ ਕਿ ਬਈ ਖਾਲੀ ਪੈਸਾ ਨਹੀਂ, ਖਾਲੀ ਨੌਕਰੀ ਨਹੀਂ, ਖਾਲੀ ਅਹੁਦੇ ਨਹੀਂ, ਯੂ ਹੈਵ ਟੂ ਪਾਰਟੀਸਪੇਟ ਇਨ ਦੀ ਇਲੈਕਟਿਡ ਮੈਂਬਰਸ਼ਿਪ ਆਫ ਦੀ ਕੰਟਰੀ। ਔਰ ਤੁਸੀਂ ਸਾਬਤ ਕੀਤਾ ਕਿ ਪੰਜਾਬੀ ਜਿੱਥੇ ਜਾਣਗੇ
कैनेडा के पंजाबियों ने साबित किया कि मला मारनगे और जिस धरती ते रहनगे उस धरती का गुणगान करनगे। मैं आस रखता हूँ। बहुत बहुत धन्यवाद जी, बहुत बहुत धन्यवाद। यह सीगा जी साडा अज का प्रोग्राम फेस टू फेस किवें दा लगा सानू जरूर टैक्सट मैसेज करो जां इनबॉक्स दे विच तुसीं मैसेज जिहड़े भेज सकते हो। अगले हफ्ते फिर एक नवे मेहमान दे नाल तुहाडी सेवा दे विच हाजरी लवावांगे। तद तक लई तुहाडा साडा रब रखा।